ਟਰਕਿੰਗ ਨਾਲ ਰਿਲੇਟਡ ਅਪਡੇਟਸ ਤਾਂ ਕਾਫੀ ਹੈਗੇ ਆ ਜੀ। ਜਿਹੜਾ ਮੇਨ ਹੈਗਾ ਇਸ ਵੇਲੇ ਉਹ ਸਾਰਿਆਂ ਦੀਆਂ ਅੱਖਾਂ ਲੱਗੀਆਂ ਹੋਈਆਂ ਰੈੱਡ ਸੀ ਥ੍ਰੈਟ ਜਿਹੜਾ ਚੱਲ ਰਿਹਾ ਇਸ ਵੇਲੇ, ਤੇ ਰੈੱਡ ਸੀ ਦੇ ਵਿੱਚ ਜਿਹੜੀ ਜੰਗ ਦੀ ਸਥਿਤੀ ਬਣਦੀ ਜਾ ਰਹੀ ਆ, ਇਹਦੇ ਨਾਲ ਜਿਹੜੇ ਸਪੋਟ ਕੰਟੇਨਰ ਸ਼ਿਪਿੰਗ ਰੇਟਸ ਆ ਉਹ 173% ਜਿਹੜੇ ਆ ਅਪ ਚਲੇ ਗਏ ਆ। ਸੋ 173% ਅਪ ਗਏ ਹੈਗੇ ਆ। ਪਾਸ ਇਹ ਹੋ ਰਹੀ ਆ ਜਾਂ ਕਿਆ ਸਰਾਈਆਂ ਇਹ ਲੱਗ ਰਹੀਆਂ ਹੈਗੀਆਂ ਕਿ ਇਹਦੇ ਨਾਲ ਜਿਹੜੀ ਡੀਜ਼ਲ ਪ੍ਰਾਈਸਿੰਗ ਆ ਉਹਦੇ ਉੱਤੇ ਜਲਦੀ ਫਰਕ ਪੈ ਸਕਦਾ। ਆਪਾਂ ਦੇਖਿਆ ਕਿ ਡੀਜ਼ਲ ਪ੍ਰਾਈਸਿਸ ਕਾਫੀ ਥੱਲੇ ਆਈਆਂ ਹੈਗੀਆਂ, ਪਰ ਇਹਦੇ ਨਾਲ ਇਸ ਵੇਲੇ ਸਿਚੁਏਸ਼ਨ ਜਿਹੜੀ ਆ ਉਹ ਵਿਗੜ ਸਕਦੀ ਆ ਜਲਦੀ ਹੀ, ਜੇ ਇਹਨੂੰ ਸਹੀ ਮੌਕੇ ਤੇ ਸਹੀ ਟਾਈਮ ਦੇ ਨਾਲ ਸਹੀ ਤਰੀਕੇ ਦੇ ਨਾਲ ਸੋਲਵ ਨਾ ਕੀਤਾ ਗਿਆ। ਸੋ ਇਹ ਤਾਂ ਸਿਚੁਏਸ਼ਨ ਹੈਗੀ ਆ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਕੀਤੀ ਜਾ ਰਹੀ ਆ। ਤੇ ਜਿਹੜਾ ਮਤਲਬ ਕਿ ਕਾਫੀ ਜਿਹੜੀ ਇੰਡਸਟਰੀ ਹੈਗੀ ਆ ਉਹ ਸਟੈਂਡ ਸਟਿਲ ਦੀ ਬਣੀ ਹੋਈ ਆ, ਔਰ ਵੱਡੀ ਜਿਹੜੀ ਸ਼ਿਪਿੰਗ ਕੰਪਨੀ ਆਈ ਥਿੰਕ ਮੈਰਸਕਸ ਨੇ ਕਹਿਤਾ ਵੀ ਉਹ ਰੈੱਡ ਸੀ ਦੇ ਵਿੱਚ ਅਗਲੇ ਕੁਛ ਚਿਰ ਦੇ ਲਈ ਨਹੀਂ ਜਾਣਗੇ। 15% ਜਿਹੜੀ ਦੁਨੀਆ ਦੀ ਸ਼ਿਪਿੰਗ ਆ ਉਹ ਸਵਿਜ਼ ਕੈਨਾਲ ਦੇ ਥਰੂ ਇਹ ਰੈੱਡ ਸੀ ਦੇ ਜ਼ਰੀਏ ਜਿਹੜਾ ਹੁੰਦੀ ਆ। ਸੋ ਜੇ ਉਹਨਾਂ ਨੂੰ ਐਕਸਟੈਂਡਡ ਰਾਊਟ ਜਾਂ ਲੰਬਾ ਰਾਊਟ ਲੈ ਕੇ ਜਾਣਾ ਪਊਗਾ ਤਾਂ ਓਬਵੀਅਸਲੀ ਸਪਲਾਈ ਚੇਨ 'ਚ ਵੀ ਪ੍ਰੋਬਲਮ ਆਊਗੀ, ਤੇ ਨਾਲ ਦੇ ਨਾਲ ਕੀਮਤਾਂ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਉਹ ਵੀ ਵਾਧੇ ਦੇਖ ਸਕਦੇ ਆ। ਬਿਲਕੁਲ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਸ ਵੇਲੇ ਕਾਫੀ ਧਿਆਨ 'ਚ ਰੱਖਣ ਵਾਲੀਆਂ ਹੈਗੀਆਂ, ਔਰ ਸੋਚਣ ਵਾਲੀਆਂ ਕਿ ਇਹਦੇ ਵਿੱਚ ਕਾਫੀ ਕੁਛ ਜਿਹੜਾ ਆ ਉਹ ਵਿਗੜ ਸਕਦਾ ਹੈਗਾ, ਕਿਉਂਕਿ ਆਪਾਂ ਪਹਿਲਾਂ ਹੀ ਕਾਫੀ ਉਸ ਹਿਸਾਬ ਦੇ ਵਿੱਚ ਹੈਗੀ ਕਿ ਜਿੱਥੇ ਸਿਚੁਏਸ਼ਨ ਮਾੜੀ ਮੋਟੀਆਂ ਵੀ ਇੱਧਰ ਉੱਧਰ ਜਾਂਦੀਆਂ ਤੇ ਕਾਫੀ ਫਰਕ ਪੈ ਜਾਂਦਾ ਆ। ਔਰ ਜਿਹੜਾ ਇੱਕ ਹੋਰ ਇਸ ਵੇਲੇ ਦੋ ਤਿੰਨ ਲਾਅਸ ਆ ਜਿਹੜੇ ਕਿ ਇਸ ਵੇਲੇ ਚੱਲ ਰਹੇ ਹੈਗੇ ਆ, ਇੱਕ ਤਾਂ ਸਪੀਡ ਲਿਮਿਟਰ ਦਾ ਲਾਅ ਹੈਗਾ, ਸਪੀਡ ਲਿਮਿਟਰ ਦਾ ਲਾਅ ਦੇ ਉੱਤੇ ਕੰਮ ਚੱਲ ਰਿਹਾ ਹੈਗਾ। ਦੂਸਰਾ ਜਿਹੜਾ ਹੈਗਾ ਇਸ ਵੇਲੇ ਜਿਹੜਾ ਫੈਡਰਲ ਕੋਰਟ, ਜਿਹੜੀ ਫੈਡਰਲ ਕੋਰਟ ਹੈਗੀ ਆ ਉਹਦੇ ਵਿੱਚ ਚੱਲ ਰਿਹਾ ਹੈਗਾ ਕਿ ਜਿਹੜਾ ਫੇਅਰ ਲੇਬਰ ਸਟੈਂਡਰਡ ਐਕਟ ਆ, ਲੇਬਰ ਸਟੈਂਡਰਡ ਐਕਟ ਆ, ਉਹਦੇ ਤਹਿਤ ਜਿਹੜਾ ਸਲੀਪਰ ਬਰਥ ਆ, ਡਰਾਈਵਰ ਦਾ ਸਲੀਪਰ ਬਰਥ ਆ, ਜੇ ਡਰਾਈਵਰ ਸਲੀਪਰ ਬਰਥ ਵਿੱਚ 8 ਘੰਟੇ ਤੋਂ ਉੱਤੇ ਰਹਿੰਦਾ ਆ ਤਾਂ ਉਹਨੂੰ ਪੇ ਕਰਨ ਦੀ ਗੱਲ ਕੀਤੀ ਜਾ ਰਹੀ ਆ। ਸੋ ਇਹ ਜਿਹੜੀ ਇਸ ਵੇਲੇ ਲਾਅ ਹੈਗਾ ਇਹ ਵੀ ਇਨ ਮਤਲਬ ਕਿ ਇਹਦੇ 'ਚ ਇਨ ਪ੍ਰੋਸੈਸ ਕੋਰਟ ਦੇ ਵਿੱਚ ਹੈਗਾ। ਸੋ ਇਹ ਜਿਹੜੇ CRST ਕੰਪਨੀ ਹੈਗੀ ਆ ਉਹਦੇ ਟ੍ਰੇਨਿੰਗ ਡਰਾਈਵਰਸ ਹੈਗੇ ਆ, ਜਨਵਰੀ 2016 ਦੇ ਵਿੱਚ ਉਹਨਾਂ ਨੇ ਕੰਪਨਸੇਸ਼ਨ ਕਲੇਮ ਫੇਅਰ ਲੇਬਰ ਸਟੈਂਡਰਡ ਐਕਟ ਦੇ ਤਹਿਤ ਕੀਤਾ ਸੀਗਾ ਜਿਹਦੇ ਉੱਤੇ ਕੰਮ ਚੱਲ ਰਿਹਾ ਹੈਗਾ। ਸੋ ਕਈ ਚੀਜ਼ਾਂ ਵਾਚ ਕਰਨ ਵਾਲੀਆਂ ਹੈਗੀਆਂ, ਖਾਸ ਕਰਕੇ ਸਪੀਡ ਲਿਮਿਟਰ ਹੋ ਗਿਆ, ਔਰ ਇਹਨਾਂ ਚੀਜ਼ਾਂ ਨੂੰ ਵਾਚ ਕਰਨ ਦੀ ਲੋੜ ਹੈਗੀ ਆ। ਜਾਂ ਡੈਫੀਨੇਟਲੀ ਜਿਹੜੀ ਇੰਡਸਟਰੀ ਹੈਗੀ ਆ ਇਸ ਵੇਲੇ, ਇੰਡਸਟਰੀ ਕਾਫੀ ਮਤਲਬ ਕਿ ਮੰਦੇ ਦੀ ਮਾਰ ਹੇਠ ਆ, ਜੇ ਆਪਾਂ ਟੋਟਲੀ ਕਹੀਏ ਤੇ ਸਿਚੁਏਸ਼ਨ ਜਿਹੜੀ ਆ ਕੋਈ ਖਾਸ ਇੰਨੀ ਵਧੀਆ ਦਿਖ ਨਹੀਂ ਰਹੀ। ਔਰ ਉਹਦੇ ਨਾਲ ਨਾਲ ਆਪਾਂ ਦੇਖ ਰਹੇ ਹਾਂ ਕਿ ਮੌਸਮ ਵੀ ਜਿਹੜਾ ਆ ਉਹ ਕਾਫੀ ਜ਼ੋਰ ਸ਼ੋਰ ਦੇ ਨਾਲ, ਜਿਹੜੀ ਠੰਡ ਹੈਗੀ ਆ ਉਹ ਲਾਸਟ ਈਅਰ ਵਾਂਗੂ ਚੱਲ ਰਿਹਾ ਹੈਗਾ ਕੰਮ। ਸੋ ਜੇ ਵੈਦਰ ਸਹੀ ਟਾਈਮ ਤੇ ਠੀਕ ਹੋ ਜਾਂਦਾ, ਸਹੀ ਟਾਈਮ ਤੇ ਸਾਰਾ ਕੁਛ ਤੁਰ ਪੈਂਦਾ, ਤੇ ਡੈਫੀਨੇਟਲੀ ਜਿਹੜੀ ਮਾਰਕੀਟ ਆ ਉਹ ਆਸ ਕਰਦੇ ਆ ਕਿ ਆਪਣੇ ਅਪ੍ਰੈਲ ਦੇ ਵਿੱਚ ਜੇ ਪ੍ਰੋਡਿਊਸ ਦੀ ਮਾਰਕੀਟ ਠੀਕ ਹੋ ਜਾਂਦੀ ਆ ਤੇ ਡੈਫੀਨੇਟਲੀ ਜਿਹੜਾ ਆ ਵਧੀਆ ਰਹੂਗਾ। ਬਿਲਕੁਲ, ਵੈਸੇ ਤਾਂ ਟਰੱਕਾਂ 'ਚ ਡਿਟੈਂਸ਼ਨ ਟਾਈਮ ਲਈ ਵੀ ਕਾਫੀ ਕਹਿੰਦੇ ਰਹੇ, ਤੇ ਹੁਣ ਜ਼ਿਆਦਾ ਟਾਈਮ ਜੇ ਸਲੀਪਰ ਬਸ 'ਚ ਰਹਿੰਦੇ ਆ ਵੀ ਉਹਦੀ ਮਨੀ ਪਤਾ ਨਹੀਂ ਕਿੱਦਾਂ ਜਿਹੜੀ ਹੋਊਗੀ, ਕਿੱਥੇ ਵੱਲ ਨੂੰ ਇਹ ਕਾਨੂੰਨ ਇਵੈਂਚੁਅਲੀ ਜਿਹੜਾ ਜਾਊਗਾ। ਪਰ ਇਹ ਹੋਣਾ ਤਾਂ ਮਿਲਦਾ ਤਾਂ ਹੀ ਆ ਜੇ ਕਮੈਂਟ ਵਗੈਰਾ ਕਰਨਗੇ, ਹਾਂ ਦੇ ਵਿੱਚ ਉਸ 'ਤੇ ਹਾਮੀ ਭਰਨਗੇ, ਤਾਂ ਹੀ ਇਹ ਸਾਰੀਆਂ ਚੀਜ਼ਾਂ ਹੋਣਗੀਆਂ। ਨਹੀਂ ਤਾਂ ਫਿਰ ਬਾਅਦ ਦੇ ਵਿੱਚ ਕਹਿੰਦੇ ਰਹਿਣਾ ਵੀ ਸਮਾਂ ਸਾਡਾ ਇੱਦਾਂ ਜਾਇਆ ਹੁੰਦਾ ਆ, ਸਾਨੂੰ ਕੋਈ ਕੁਛ ਕਰਦਾ ਨਹੀਂ ਆ, ਅਤੇ ਜਦੋਂ ਮੌਕਾ ਹੁੰਦਾ ਉਦੋਂ ਆਪਾਂ ਰਹਿ ਜਾਈਦਾ। ਹਾਂ, ਇਹ ਸਾਡਾ ਮਕਸਦ ਸਾਡਾ ਹੁੰਦਾ ਜਦੋਂ ਆਪਾਂ ਟਾਈਮ ਟੂ ਟਾਈਮ ਇਹੋ ਜਿਹੀ ਨਿਊਜ਼ ਲੈ ਕੇ ਆਉਂਦੇ ਹਾਂ, ਟਾਈਮ ਟੂ ਟਾਈਮ ਆਪਾਂ ਇਹੋ ਜਿਹੀਆਂ ਗੱਲਾਂ ਕਰਦੇ ਹਾਂ। ਉਹਦਾ ਮਤਲਬ ਇਹ ਹੁੰਦਾ ਕਿ ਤੁਸੀਂ ਇਹਦੇ ਵੱਲ ਧਿਆਨ ਦਿਓ। ਜਿਹੜੀ ਨੋਰਮਲ ਇੰਡਸਟਰੀ ਵਿੱਚ ਜੋ ਅਸੀਂ ਗੱਲਾਂ ਕਰਦੇ ਹੈਗੇ ਹਾਂ ਉਹ ਉੱਤੋਂ ਹੱਟ ਕੇ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈਗੀ ਆ, ਆਪਣੇ ਆਪ ਨੂੰ ਆਪਣੀ ਕਮਿਊਨਿਟੀ ਨੂੰ ਇੰਪਾਵਰ ਕਰਨ ਦੀ ਲੋੜ ਹੈਗੀ ਆ। ਔਰ ਉਹਦੇ ਲਈ ਤੁਸੀਂ ਜਿਹੜੀਆਂ ਵੀ ਐਸੋਸੀਏਸ਼ਨਾਂ ਜਾਂ ਕੋਈ ਵੀ ਜਿਹੜਾ ਇਹਦੇ ਵਿੱਚ ਹਿੱਸਾ ਲੈ ਰਹੇ ਆ ਜਾਂ ਕੋਈ ਕਿਸੇ ਵੀ ਕੰਮ ਵੱਲ ਹੈ, ਚਾਹੇ ਆਪਣਾ ਕੈਲੀਫੋਰਨੀਆ ਏਅਰ ਸੋਰਸ ਬੋਰਡ ਦਾ ਹੈਗਾ ਜਾਂ EPA ਦਾ ਹੈਗਾ, ਕੋਈ ਵੀ ਜਿਹੜੇ ਕੰਮ ਕਰਨ ਵਾਲੇ ਹੁੰਦੇ ਆ ਸਾਰੇ ਇਕੱਠਿਆਂ ਹੋ ਕੇ ਹੀ ਕਰ ਹੁੰਦੇ ਆ, ਔਰ ਇਹਦੇ ਵਿੱਚ
ਟਾਈਮ ਐਂਡ ਐਫਰਟ ਲੱਗਦੀ ਹੈਗੀ ਆ। ਸੋ ਇਹੋ ਹੀ ਆ ਰਿਕੁਐਸਟ ਹੈ ਸਾਰਿਆਂ ਨੂੰ ਕਿ ਇਕੱਠੇ ਹੋ ਤੇ ਇਕੱਠੇ ਹੋ ਕੇ ਹਮਲਾ ਮਾਰੀਏ, ਇਹਦੇ ਵਿੱਚ ਆਪਾਂ ਜਿਹੜਾ ਇਕੱਠੇ ਹੋ ਕੇ ਕੰਮ ਕਰ ਸਕਦੇ ਉਹ ਕਰੀਏ ਜੀ। ਜੀ ਸੋ